ਨੇ ਇਹ ਮੈਂ ਕਿ ਨਹੀਂ ਇਹ ਤੁਸੀਂ ਇਹਨਾਂ ਨੂੰ ਮੈਂ ਕੀ ਸਮਝਣਾ ਵਾ ਗੱਲ ਸੁਣੋ ਇਹ ਮੈਂ ਤੁਹਾਨੂੰ ਆਈ ਲਵ ਯੂ ਇਹਦਾ ਮਤਲਬ ਆ ਟੂ ਆ ਚੰਗਾ ਟੂ ਚੱਲ ਪਿਆ ਟੂ ਪੜਨੇ ਬੋਲ ਮੈਂ ਵੀ ਲੱਗਣੀ ਆ ਮਗਰ ਮੇਰਾ ਗਲਾ ਖਰਾਬ ਹੈ ਗਲਾ ਤੁਹਾਡਾ ਸਹੀ ਮੈਂ ਕਰਤਾ ਦਵਾਂ ਪਰ ਤੁਸੀਂ ਦੰਦੀ ਵੜ ਦੇਣੀ ਹੈ ਓਏ ਗਲੇ 'ਚ ਗਲੈਸਲੀਨ ਨਹੀਂ ਲੱਗਦੀ ਦਵਾਈ ਲੱਗਦੀ ਹੈ ਨਾ ਬੰਦਾ ਦੰਦੀ ਵੜ ਦਿੰਦਾ ਅੱਛਾ ਅੱਛਾ ਮਰ ਜਾਣਿਆ ਓਏ ਓਏ ਯਾਰ ਨਿਗਾ ਚੌਧਰੀ ਆਈ ਇਹਦੇ ਕੋਲੋਂ ਗੰਦੇ ਕੰਮ ਸਿੱਖ ਲਓ ਇਹਨੇ ਪਤਾ ਨਹੀਂ ਫਿਰ ਕਦੋਂ ਆਉਣਾ ਮੈਂ ਗੰਦੇ ਮਰ ਜਾਣਿਆ ਤੁਸੀਂ ਹੈ ਕੌਣ ਹੋ ਓਏ ਬੜੀ ਦਲੇਰ ਆ ਭਾਈ ਮੈਂ ਤਾਂ ਕਿਆ ਬਾਤ ਹੈ ਐਡੀ ਦਲੇਰ ਯਕੀਨ ਕਰੋ ਹਾਂਜੀ ਇੱਕ ਬੰਦੇ ਨੇ ਇਹਨੂੰ ਕਿਹਾ ਮੈਂ ਤੇਰਾ ਖੂਨ ਪੀ ਜਾਣਾ ਫੇਰ ਇਹ ਕਹਿੰਦੀ 4 ਤਰੀਕ ਨੂੰ ਆਈ ਅੱਛਾ ਸਾਰੀ ਰੈਂਟ ਤੇ ਵੀ ਦਿੰਦਾ ਜਿਹੜੀਆਂ ਏਦਾਂ ਦੀਆਂ ਲੱਤਾਂ ਹੋਈਆਂ ਹਾਂ ਬੰਦੇ ਬੰਦੇ ਹੋਏ ਹੁਣ ਨਿਦਾ ਚੌਧਰੀ ਸਹੀ ਹੋਈ ਬੰਦੇ ਕਲੀਅਰ ਨਜ਼ਰ ਆਏ ਇਹ ਵਾਕਈ ਕੋਈ ਤੁਹਾਡਾ ਭਲਾ ਪਿਆ ਤਾਂ ਬੰਦੇ ਬੈਠੇ ਆ ਸਾਰੇ ਅੱਛਾ ਮੈਂ ਉਦੋਂ ਤਾਂ ਸਮਝੀ ਜਾਂਦਾ ਪਤਾ ਨਹੀਂ ਗੋਭੀ ਲੱਗੀ ਹੋਈ ਆ ਆਹ ਸਾਰੇ ਬੰਦੇ ਅੱਲਾ ਦੀ ਹੱਸਣ ਡੇ ਆਵੇ ਆਹ ਲਓ ਜੀ ਆਹ ਤੁਸੀਂ ਵੀ ਲਾਓ ਅੱਲਾ ਖੈਰ ਕਰਿਆ ਦੇ ਕਿੱਡੇ ਸਾਫ਼ ਸੁਥਰੇ ਕੱਪੜੇ ਪਾਏ ਏਦਾਂ ਦਾ ਬੰਦਾ ਯਕੀਨ ਕਰੋ ਅੱਛੇ ਦਫ਼ਤਰਾਂ 'ਚ ਜਾ ਕੇ ਉਰਦੂ 'ਚ ਮੰਗਦਾ ਹੁੰਦਾ ਅਸਲਾਮ ਵਾਲੇਕੁਮ ਜਨਾਬ ਐਕਸਕਿਊਜ਼ ਮੀ ਸਰ ਮੈਂ ਐਕਚੁਅਲੀ ਮੰਗਣ ਵਾਲਾ ਨਹੀਂ ਹੂੰ ਐਕਚੁਅਲੀ ਯਾਰ ਦਾ ਮੇਰੀ ਬਹਿਣ ਜਵਾਨ ਹੈ 4 ਦੀਵਾਰੀ ਕਰਵਾਉਣੀ ਹੈ ਇੱਕ ਸੀਮਟ ਦੀ ਬੋਰੀ ਚਾਹੀਏ ਜਨਾਬ ਜਿਹੜਾ ਬੜਕਾ ਲਾਉਣ ਡਿਆ ਸੀ ਆਹ ਤਮਾਸ਼ਮੀ ਨਾਲ ਕੱਪੜੇ ਲਾ ਕੇ ਸਾਈਡ ਤੇ ਰੱਖਦੇ ਵੀਰੇ ਤੁਸੀਂ ਪਿਛਲਿਆਂ ਦਾ ਵਿਆਹ ਨੀ ਕਰਨਾ ਉਹ ਪਿੱਛੇ ਦੇ ਸ਼ੌਕੀਨ ਆ ਇੱਕ ਬਾਰਿਸ਼ ਪੈਣ ਦੀ ਦੇਰ ਆ ਇਹਦੇ ਬਾਬੇ ਦੀ ਤੁਸੀਂ ਤਲਾਸ਼ੀ ਨਹੀਂ ਲੈ ਸਕਣਾ ਭਾਜੀ ਬੈਠੋ 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 ਭਾਜੀ ਆ ਭਾਜੀ ਦੁਲਹਨ ਆ ਗਈ ਆ ਭਾਜੀ ਬੈਠੋ ਬੈਠੋ ਆ ਵੇਖੋ ਤੁਹਾਡਾ ਸ਼ਗਨ ਵਾਲਾ ਰਕਸ਼ਾ ਤੁਹਾਡਾ ਤੁਹਾਡੀ ਸ਼ਾਦੀ ਬਹਿਣ ਉੱਠਣ ਸਹੀ ਕਰਕੇ ਕਰਾਉਣ ਲੱਗੇ ਇੱਧਰ ਆਜੋ ਇਹ ਪਿੱਛੇ ਪਾਓ ਮੈਡਮ ਇੱਥੇ ਚਲਾ ਰਿਹਾ ਬੈਠੇ ਰਹਿਣ ਦੇ ਸਾਲਿਓ ਇਹੀ ਕੋਈ ਵੱਜਦਾ ਆ ਹੁਣ ਸੋਚਦਾ ਕਾਸ਼ ਮੈਂ ਕੰਜਰ ਹੁੰਦਾ ਮੈਂ ਵੀ ਇੱਥੇ ਹੋਣਾ ਆਪਾਂ ਜੀ ਤੁਸੀਂ ਵੀ ਕੰਜਰ ਹੋ ਕੇ ਕਿਹੜਾ ਗੱਡੀ ਲੈ ਲਈ ਖੱਜਲ ਹੀ ਹੋਣ ਡੈ ਜੀ
ਜੀ ਚਾਹ ਜੀ ਆਪ ਦੇ ਹੱਥ ਕਿੰਨੇ ਗਰਮ ਹੈ ਇਥੋਂ ਇਥੋਂ ਅੰਦਾਜ਼ਾ ਲਾ ਇਹ ਬੇਹਯਾ ਦੀ ਨਿਸ਼ਾਨੀ ਹੁੰਦੀ ਹੈ ਇਹਨਾਂ ਨੇ ਤੁਹਾਡੀ ਵੀ ਫਿਟਿੰਗ ਖਰਾਬ ਕਰ ਦੇਣੀ ਹੈ ਚਾਹ ਤੁਹਾਡੀ ਮੇਰੀ ਸ਼ਾਦੀ ਹੋਣੀ ਹੈ ਤੇ ਤੁਸੀਂ ਸੁਹਾਗ ਰਾਤ ਵਾਲੇ ਦੀ ਮਣਕੀ ਪਾਓਗੇ ਸਲੰਸਰ ਸਲੰਸਰ ਪਾ ਹੀ ਨਹੀਂ ਸਕਦਾ ਉਹ ਤਾਂ 14 ਅਗਸਤ ਕਢਾਤਾ ਸੀ ਆਮ ਰੂਟੀਨ ਆਲਾ ਹੀ ਆ ਜੀ ਆਮ ਰੂਟੀਨ ਆਲਾ ਤਾਂ ਸਾਰੀ ਦੁਨੀਆ ਪਾਉਂਦੀ ਆ ਭਾਈ ਤੁਸੀਂ ਕੋਈ ਹਟਵਾ ਕੰਮ ਕਰਵਾ ਪਾਓ ਨਾ ਹਟਮਾ ਇੱਕ ਹੋਰ ਜੋੜ ਲੈਂਦੇ ਨਾਲ ਆ ਵੀ ਹੁਣ ਇੰਜੀ ਆ ਇਹ ਸਵਾਗ ਰਾਤ ਨੂੰ ਇਹ ਤਾਂ ਪਤਾ ਨਹੀਂ ਕੋ ਹਟਮਾ ਹੈ ਉਹ ਨਗਾਹ ਖਾਸ ਅੱਜ ਕਿੱਥੇ ਆ ਨਗਾਹ ਖਾ ਰਹਿਣ ਦਿਓ ਭਾਈ ਨੇ ਗੰਦੇ ਕੰਮ ਨਹੀਂ ਪਹਿਲੇ ਮੰਦ ਤੋਂ ਮਲਕੀ ਮੈਂ ਹੈਰਾਨ ਆ ਇਹਨੇ ਅਸਲਾਮ ਅਲੈਕਮ ਜੀ ਇਹ ਭਾਈ ਸਾਹਿਬ ਨਗਾਹ ਮੋਟੀ ਦੇ ਵੋਟਾ ਆ ਮੋਟੀ ਦੇ ਵੋਟਾ ਤਿਆਰ ਆ ਜਨਾਬ ਤੇ ਤੁਸੀਂ ਇਸ ਤਰ੍ਹਾਂ ਕਰਨਾ ਤੁਹਾਨੂੰ ਰੁਪਈਆ 10,000 ਰੁਪਈਆ ਮਿਲੇਗਾ ਅਜੇ ਮਾੜੇ ਤੇ ਤੁਸੀਂ ਨਾ ਆ ਪਹਿਲਾਂ ਤੇ ਸੈਨ ਕਰਾਉਣੇ ਨੇ ਅੱਛਾ ਆ ਇਧਰ ਆ ਯਾਰ ਤੈਨੂੰ ਪਤਾ ਜਿਹੜੀ ਪੰਪਾਂ ਦੀ ਦੁਕਾਨ ਆ ਤੇ ਕੋਈ ਨਹੀਂ ਤੁਸੀਂ ਪਾਇਆ ਪੂਰਾ ਤੇ ਯਾਰ ਉਹ ਪੰਪ ਖੋਲ ਕੇ ਬੈਠਾ ਚੁੱਪ ਕਰਕੇ ਬੈਠੋ ਜਰਾ ਪਹਿਲੇ ਨਾ ਉਹਨਾਂ ਦਾ ਸਵਾਲ ਜਵਾਬ ਹੋ ਲੈਣ ਦਿਓ ਬਸ ਉਸ ਤੋਂ ਬਾਅਦ ਗੱਲ ਸੁਣਾਓ ਹਾਂਜੀ ਲਾਣਾ ਠੰਡਾ ਮੈਂ ਨਹੀਂ ਜਾਦੀ ਕਰਨੀ ਲਾਣਾ ਠੰਡਾ ਵਾ ਕੀ ਮਤਲਬ ਐਵੇਂ ਠੰਡਾ ਉਹ ਤੈਨੂੰ ਮੈਂ ਬਜ਼ੁਰਗ ਸਹੀ ਸੀ ਕਿੱਥੇ ਗਿਆ ਕਿਹੜਾ ਬਜ਼ੁਰਗ ਉਹ ਗਾਇਬ ਹੋ ਗਿਆ ਉਹ ਤੁਸੀਂ ਵਿਆਹ ਕਰਾ ਲਓ ਇਹਨਾਂ ਦੋਵਾਂ ਦੀ ਉਹ ਤੁਸੀਂ ਵਿਆਹ ਕਰਾ ਲਓ ਸ਼ਾਦੀ ਇਹਨਾਂ ਕਰਾ ਲਓ ਇਹਨਾਂ ਦੋਵਾਂ ਦੀ ਸਾਂਝੀ ਪਵਾ ਦਾਂਗੇ ਆਹੋ ਮਨ ਕੀ ਪਾਓਗੇ ਸਹੀ ਦੱਸੋ ਮੈਂ ਤੁਹਾਨੂੰ ਪਾਵਾਂਗਾ 7 ਇੰਚ ਦਾ ਲੌਕਟ ਹੈ 2 ਪਾਵਾਂਗਾ 2.5 ਤੋਲੇ ਦੇ ਕਾਂਟੇ ਕਿਉਂਕਿ ਜਿੰਨੀ ਗਰਮੀ ਪੈਣ ਦੀ ਹੁਣ ਤੇ ਬੈਠੇ ਆ ਜ਼ਮੀਨ ਨੂੰ ਲੱਗਣ ਡਏ ਹੁੰਦੇ ਮੇਰੀ ਭਾਈ ਜਿਹੜਾ ਲੌਕਟ ਪਾਉਣਾ ਉਹ ਦੱਸੋ 7 ਤੋਲੇ ਦਾ ਲੌਕਟ ਨਹੀਂ ਹੈ ਉਹ ਅਗਲੀ ਇਤਰਾਜ਼ ਨਾ ਕਰੇ ਵੀ ਦਿਖਾਇਆ ਕਿਹੜਾ ਤੇ ਪਾਇਆ ਕਿਹੜਾ ਉਹਦੇ ਨਾਲ ਸੱਚੀ ਗੱਲ ਕਰੋ ਮੇਰੀ ਗੱਲ ਸੁਣੋ ਜੀ ਤਿੰਨ ਤੋਲੇ ਦਾ ਜਿਹੜੀ ਕੁੜੀ ਆਉਂਦੀ ਹੈ ਇਹਦੇ ਵੱਲ ਮੂੰਹ ਕਰਦੀ ਆ ਇਹ ਸਾਲੇ ਦਾ ਮੂੰਹ ਪਤਾ ਨਹੀਂ ਕਿਸੇ ਚੀਜ਼ ਨਾਲ ਮਿਲਦਾ ਆ ਤੈਨੂੰ ਬਿਠਾ ਕੇ ਕੰਪਨੀ ਬਾਗ ਛੱਡ ਕੇ ਆਵੇ 7 ਤੋਲੇ ਦਾ ਲੌਕਟ ਨਹੀਂ ਆਪਾਂ ਜੀ ਪਾਉਂਦੇ ਤੇ ਤੁਹਾਨੂੰ ਸੱਚੀ ਗੱਲ ਦੱਸਦਾ ਕਿਉਂਕਿ ਤੁਸੀਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗੇ ਹੋ 4 ਤੋਲੇ ਦਾ ਲੌਕਟ ਆ 3 ਤੋਲੇ ਦੇ ਨਾਲ ਡੋਰੀ ਆ 4 ਤੋਲੇ ਦਾ ਹਾਂਜੀ ਅਕਸਰਈਆ ਦੱਸ ਜ਼ਰਾ ਸਰਈਆ ਕਿ ਜੇ ਆ ਤੇਰੀ ਚੰਗੀ ਬਦਲ ਕਰਨ ਵਾਲੀ ਮਸ਼ੀਨ ਆ ਸੁਹਾਗ ਰਾਤ ਚ ਤੁਸੀਂ ਨਾ ਆਪ ਤਰੀਕੇ ਦੱਸਣੇ ਆ ਅੱਛਾ ਨਹੀਂ ਤੇ ਲਾਤੀ ਐ ਝੁਕਦੇ ਆ ਅੱਛਾ ਜੀ ਆਪਣਾ ਤੂੰ ਨਾ ਬੈਟਮੀ ਜੀ ਭੈਣ ਦੇਣੀ ਬੰਦ ਕਰ ਦੇ ਆਪਣਾ ਬਜ਼ੁਰਗ ਲਾੜਾ ਜੀ ਹਾਂਜੀ ਹਾਂਜੀ ਸਭ ਤੋਂ ਪਹਿਲੇ ਤੁਸੀਂ ਆਪਣਾ ਮੋਬਾਈਲ ਨੰਬਰ ਦੱਸੋ ਇਹਨਾਂ ਦਾ 3275 FDL ਅੱਛਾ ਜੀ ਤੇ ਆਪਣਾ ਨਾਮ ਦੱਸੋ ਜੀ ਫੋਰ ਸਟੋਕ ਨਹੀਂ ਨਹੀਂ ਸਹੀ ਨਾਮ ਦੱਸੋ ਸਰ ਤੇਜ਼ ਰਫਤਾਰ ਹਾਂਜੀ ਕੁੜੀ ਦੇ ਮਾਮੇ ਨੇ ਪੁੱਛ ਲਓ ਦੱਸ ਕੀ ਕਿਹਾ ਜੀ ਚਲੋ ਦੱਸੋ ਕੁੜੀ ਵੇਖ ਕੇ ਸਾਹਿਬ ਮੁਸਾਫਰ ਹੋਏ ਆਪਣਾ ਨਾਂ ਦੱਸੋ ਜੀ ਮਲਕ ਤਫੈਲ ਹੁਸੈਨ ਕੁਰੈਸ਼ੀ ਕੌਮ ਜੱਟ ਜੀ ਇੰਨੇ ਬੜੇ ਨਾਂ ਦੱਸਣ ਦੇ ਉਹ ਤੁਹਾਡੀ ਮਾਂ ਦੀ ਮੰਜੀ ਚੌਂਕ ਸੀ ਜੀ ਇਹ ਤਫੈਲ ਹੁਸੈਨ ਕੁਰੈਸ਼ੀ ਕੌਮ ਜੱਟ ਆ ਭਾਈ ਇਹਦਾ ਮਤਲਬ ਜਿਹੜੀ ਰਖੇ ਜੀ ਸਵਾਰੀ ਭਾਈ ਲਾਈ ਨੀਗੀ ਇੰਨੇ ਬੰਦੇ ਤੇ ਸਭ ਤੋਂ ਪਹਿਲੇ ਤੁਸੀਂ ਆਪਣੇ ਪਿਓ ਦਾ ਨਾਂ ਦੱਸੋ ਲੋਡਰ ਚਲੋ ਖੈਰ ਆਪਣੀ ਅੰਮੀ ਦਾ ਨਾਂ ਦੱਸੋ ਚਿੰਗ ਜੀ ਇਹ ਸਰ ਬਰਾਦਰੀ ਕੀ ਆ ਇਹ ਇਟਲੀ ਇਟਲੀ
ਉਹ ਸਹੀ ਹੁੰਦਾ ਆਪਾਂ ਜੀ ਜਿਹੜਾ ਭੱਜ ਕੇ ਪੁਲ ਤੇ ਚੜਦਾ ਭੱਜ ਕੇ ਹੈ ਕੋਈ ਚਾਹੀਦਾ ਅੱਛਾ ਜੀ ਇਹ ਪੁਲ ਤੇ ਨਾ ਨਾ ਚੜੇ ਨਹੀਂ ਚੋਕ ਚੁੰਗਲ ਦੇ ਲਿਓ ਇਹ ਤਾਏ ਦਾ ਨਾਮ ਹੈ ਜਦ ਤੱਕ ਨਿਕਾਹ ਹੁੰਦਾ ਇਹਨਾਂ ਗੁਜ਼ਾਰਾ ਕਰੋ ਤੁਸੀਂ ਅੱਛਾ ਜੀ ਇੱਥੇ ਆਪਣੇ ਤਾਏ ਦਾ ਨਾਂ ਲਿਖਵਾਓ ਤਾਏ ਦਾ ਨਾਂ ਜੀ ਵੈਸਪਾ ਵੈਸਪਾ ਤੇ ਆਪਣਾ ਯੂਨਾਨੀ ਬੁੱਢੀ ਦਾ ਨਾਂ ਕੀ ਹੈ ਬੁੱਢੀ ਦਾ ਨਾਂ ਜੀ ਆਪਣਾ ਸਟੈਪਨੀ ਸਟੈਪ ਨਹੀਂ ਸੈਵਨ ਓਏ ਲਓ ਜੀ ਦੁਲਹੇ ਤੇ ਦੁਲਹਨ ਦੇ ਘਰ ਦੇ ਵਿੱਚ ਦੋ ਗਲੀਆਂ ਦਾ ਫਰਕ ਆ ਉਹ ਕਿਸ ਤਰ੍ਹਾਂ ਉਹ ਪੈਰ ਕਿੰਨਾ ਪਾਉਣਾ ਵਾ ਚਲੋ ਗਾ ਅੱਛਾ ਜੀ ਆਵਾ ਗੋਣ ਆਪਣਾ ਸੈਨ ਕਰ ਦਿਓ ਜੀ ਆ ਸੈਨ ਕਰੋ ਪਹਿਲੇ ਮੈਂ ਹਾਂ ਪਹਿਲੇ ਸੈਨ ਕਰ ਲਓ ਤੁਸੀਂ ਖੁੱਲੇ ਡੁੱਲੇ ਕਰਨੇ ਤੁਸੀਂ ਕਰ ਲਓ ਬੱਲੇ ਬੱਲੇ ਵੀ ਬਤਾ ਦਿਓ ਸੈਨ ਦਾ ਤਾਂ ਤੁਹਾਡੇ ਦਾ ਸੈਨ ਦਾ ਵੀ ਡੰਡਾ ਮਾਰਨੀ ਤੁਹਾਡੇ ਦਾ ਇਹਨਾਂ ਦੇ ਸੈਨ ਪਹਿਲੇ ਮੁਸਲਮਾਨ ਕਰਵਾ ਆ ਸੈਨ ਆ ਜੀ ਆਈ ਸਾਲੀਏ ਇਹਨਾਂ ਸੈਨਾਂ ਨਾਲ ਤੈਨੂੰ ਉੱਥੋਂ ਛੇੜ ਜਾਣਾ ਲਓ ਜੀ ਤੁਸੀਂ ਸੈਨ ਕਰ ਲਏ ਆ ਆ ਹੁਣ ਗਵਾਹ ਵੀ ਸੈਨ ਕਰਨਗੇ ਆਪਣੇ ਕਿਤਾਬ ਤਨ ਲੈ ਆ ਇੱਥੇ ਸੈਨ ਕਰੋ ਜੀ ਜ਼ਰਾ ਚੱਲ ਜੀ ਚੱਲ ਜੀ ਚਲੋ ਸੈਨ ਜੀ ਇੱਥੇ ਨਹੀਂ ਮੈਂ ਕਰਨੇ ਭਾਈ ਆ ਭਾਈ ਇਹ ਤਾਂ ਤੁਸੀਂ ਕਰ ਦਿਓ ਨਾ ਸੈਨ ਉੱਤੇ ਕਰ ਦਿਓ ਜ਼ਰਾ ਸੈਨ ਡਬਲ ਹੋ ਜਾਣਗੇ ਕਰੋ ਆ ਜਿਹੜਾ ਇਹ ਆ ਇੱਥੇ ਕਰੋ ਸੈਨ ਉੱਤੇ ਵੀ ਹੋਈ ਆ ਵੇ ਡੈਡੀ ਸੈਨ ਕਰੋ ਡੈਡੀ ਸੈਨ ਕਰੋ ਇਹ ਕੁੜੀ ਸੈਨ ਇੱਥੇ ਕਰਨੇ ਆ ਜੀ ਅੱਛਾ ਜੀ ਓਏ ਤਾਂ ਬਾਈ ਮਰਲੇ ਆ ਓਏ ਆ ਤੁਸੀਂ ਜ਼ਰੂਰ ਬਾਈ ਤਾਂ ਕਰਨਾ ਤੁਸੀਂ 40 ਮਰਲੇ ਤਾਂ ਕਰੋ ਤਾਂ ਇੱਥੇ ਕਰੋ ਇੱਥੇ ਕਰਦੇ ਆ ਜੀ ਹਾਂਜੀ ਇੱਥੇ ਕਰਕੇ ਜੈਰੀ ਕਰ ਦਿਓ ਕਿਸਤਾਂ ਦੇ ਆ ਵੈਰੀ ਗੁੱਡ ਓ ਵੈਰੀ ਮੁਬਾਰਕ ਹੋ ਮੁਬਾਰਕ ਹੋ ਆ ਤੁਹਾਡਾ ਰਿਸ਼ਤਾ ਹੋ ਗਿਆ ਤੇ ਲੋ ਜੀ ਨਹੀਂ 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 ਅੱਜ ਮੈਂ ਬਿਮਾਰ ਆ ਅੱਜ ਮੈਂ ਛੋਡੇ ਲਾਉਣੇ ਪੈਸੇ ਲੱਗੇ ਆ ਹਾਂ ਚੱਲ ਤੁਸੀਂ ਬਿਮਾਰ ਹੋ ਲੇਕਿਨ ਤੁਸੀਂ 2 ਘੰਟੇ ਇੰਤਜ਼ਾਰ ਕਰੋ ਅਸੀਂ ਪੁਲਿਸ ਲਗਾਉਣੇ ਆਏ ਆਏ ਆ 350 ਲੈਂਦੀ ਆ ਬਾਈ ਚਲੋ ਅੰਦਰ ਬਾਈ ਚਲੋ